ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸਹਿਰ ਵਿਖੇ ਭਵ ਲਯੋ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪ੍ਰਬਧੀਆਂ ਸਭ ਸੰਗਤਾਂ ਨੂੰ ਵਧਾਈਆਂ ਹੋਣ ਅੱਜ ਦੇ ਦਿਨ ਗੁਰੂ ਕਲਗੀਧਰ ਪਾਸ਼ਾ ਮਹਾਰਾਜ ਜੀ ਨੇ ਸ੍ਰੀ ਪਟਨਾ ਸਾਹਿਬ ਵਿਖੇ 1723 ਬਿਕਰਮੀ ਪਉ ਸੁਦੀ ਸਤਬੀ ਨੂੰ 1666 ਈਸਵੀ ਤਨਗੁਰੂ ਤੇਗ ਬਹਾਦਰ ਮਹਾਰਾਜ ਦੇ ਗ੍ਰਹਿ ਵਿਖੇ ਤਨ ਮਾਤਾ ਗੁਜਰ ਕੌਜ ਦੀ ਕੁਖ ਤੋਂ ਅਵਤਾਰ ਧਾਰਿਆ ਸੀ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਆਏ ਸਾਲ ਹੀ ਮਨਾਇਆ ਜਾਂਦਾ ਹੈ ਉਹ ਦਿਨ ਭਾਗਾ ਮळा ਹੋਵੇਗਾ ਗੁਰੂ ਦੀ ਮੰਨਾਂਗੇ ਤੇ ਗੁਰੂ ਨੂੰ ਮਨਾ ਲਵਾਂਗੇ ਤਨਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਸ੍ਰੀ ਦਸਮ ਗ੍ਰੰਥ ਵਿੱਚ ਲਿਖਿਆ ਹੈ ਮੈਂ ਆਪਣਾ ਸਤ ਤੋਹੇ ਨਿਵਾਜਾ ਪੰਥ ਪ੍ਰਚੂਰ ਕਰ ਬੇ ਕੋ ਸਾਜਾ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਖਦੇ ਹਨ ਇੱਕ ਦਿਨ ਆਕਾਲ ਪੁਰਖ ਨੇ ਮੈਨੂੰ ਕੋਲ ਬੁਲਾ ਕੇ ਪੁੱਤਰ ਕਹਿ ਕੇ ਸੰਬੋਧਨ ਕਰਦਿਆਂ ਹੋਇਆਂ ਇਹ ਗੱਲ ਆਖੀ ਜਿਹੜਾ ਨਿਰਮਲ ਪੰਥ ਖਾਲਸਾ ਪੰਥ ਗੁਰੂ ਨਾਨਕ ਦੇਵ ਮਹਾਰਾਜ ਨੇ ਚਲਾਇਆ ਹੈ ਉਹਦਾ ਪ੍ਰਚਾਰ ਕਰੋ ਪੰਥ ਪ੍ਰਚੂਰ ਕਰ ਬੇ ਕੋ ਸਾਜਾ ਮੈਨੂੰ ਪ੍ਰਚਾਰ ਕਰਨ ਵਾਸਤੇ ਆਖਿਆ ਹੈ ਤੇ ਨਾਲੇ ਵੀ ਗੱਲ ਆਖੀ ਜਾਹ ਤਾਹਾਂ ਤੇ ਧਰਮ ਚਲਾਏ ਕਬੁੱਧ ਕਰਨ ਤੇ ਲੋਕ ਹਟਾਏ ਬੜੇ ਲੋਕਾਂ ਨੇ ਧਰਮ ਚਲਾਏ ਨੇ ਬੜਾ ਕੁਝ ਦੱਸਿਆ ਜਾ ਰਿਹਾ ਹੈ ਧਰਮ ਦੇ ਨਾਂ ਦੇ ਉੱਤੇ ਤੁਸੀਂ ਜਾਓ ਤੇ ਸੱਚ ਦਾ ਪ੍ਰਚਾਰ ਕਰੋ ਖਾਲਸਾ ਪੰਥ ਨਿਰਮਲ ਪੰਥ ਇਹਦਾ ਪ੍ਰਚਾਰ ਕਰੋ ਤੱਕ ਬੁੱਧ ਕਰਨ ਤੇ ਮਾੜੇ ਕਰਮਾਂ ਦੇ ਲੋਕਾਂ ਨੂੰ ਹਟਾ ਕਰਕੇ ਸੰਤਾਂ ਨੂੰ ਉਭਾਰੋ ਤੇ ਦੁਸ਼ਟਾਂ ਦਾ ਅੰਦਾਜ਼ ਕਰੋ ਜਾਤੀਵਾਦ ਜੋ ਭੇਦ ਭਾਵ ਪਏ ਹਨ ਉੱਚ ਨੀਚ ਨੂੰ ਖਤਮ ਕਰੋ ਐਸਾ ਪੰਥ ਇੱਕ ਨਰਾਲਾ ਪੰਥ ਤੋਰੋ ਜਿਹਦੇ ਵਿੱਚ ਸਾਰੇ ਇੱਕ ਹੋਣ ਤੇ ਸਾਰਿਆਂ ਨੂੰ ਬਰਾਬਰ ਦਾ ਅਧਿਕਾਰ ਹੋਵੇ ਫਿਰ ਮਾਰੇ ਕਹਿਣ ਲੱਗੇ ਐਨੀ ਗੱਲ ਸੁਣ ਕੇ ਮੈਂ ਅਕਾਲ ਪੁਰਖ ਵਾਹਿਗੁਰੂ ਦੇ ਸਾਹਮਣੇ ਹੱਥ ਜੋੜੇ ਹਨ ਥਾੜ੍ਹ ਭਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਐ ਦੋਵੇਂ ਹੱਥ ਜੋੜ ਕੇ ਸਿਰ ਨਵਾਇਆ ਹੈ ਅਕਾਲਪੁਰਖ ਦੇ ਅੱਗੇ ਸਿਰ ਨਵਾ ਕੇ ਅਕਾਲਪੁਰਖ ਨੂੰ ਇਹ ਗੱਲ ਆਖੀ ਕਿ ਮਹਾਰਾਜ ਇਹ ਸਭ ਕੁਝ ਉਦੋਂ ਹੋਵੇਗਾ ਪੰਥ ਚੱਲੇ ਤਬ ਜਗਤ ਮੈਂ ਜਬ ਤੁਮ ਕਰਹੁ ਸਹਾਇ ਜਦੋਂ ਤੁਸੀਂ ਕਿਰਪਾ ਕਰੋਗੇ ਤੁਸੀਂ ਸਹਾਈ ਹੋਵੋਗੇ ਤੁਹਾਡੀ ਕਿਰਪਾ ਦੇ ਨਾਲ ਹੀ ਖਾਲਸਾ ਅਕਾਲ ਪੁਰਖ ਦੀ ਫੌਜ ਹੈ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ ਇਹ ਤੁਹਾਡੀ ਮੌਜ ਦੇ ਨਾਲ ਤੁਹਾਡੀ ਰਜਾ ਦੇ ਨਾਲ ਤੁਹਾਡੀ ਬਖਸ਼ਿਸ਼ ਦੇ ਨਾਲ ਹੀ ਚੱਲਣਾ ਹੈ ਗੁਰੂ ਸਾਹਿਬ ਨੂੰ ਪ੍ਰਚਾਰ ਕਰਨ ਵਾਸਤੇ ਅਕਾਲ ਪੁਰਖ ਜੀ ਕਹਿ ਰਹੇ ਨੇ ਉਹ ਪ੍ਰਚਾਰ ਜਿਹੜਾ ਧੰਨ ਗੁਰੂ ਨਾਨਕ ਦੇਵ ਮਹਾਰਾਏ ਨੇ ਦੁਨੀਆਂ ਦੇ ਕੋਨੇ-ਕੋਨੇ ਨਗਰ-ਨਗਰ ਘਰ-ਘਰ ਵਿੱਚ ਜਾ ਕੇ ਕੀਤਾ ਹੈ ਚਾਰ ਦಾಸੀਆਂ ਰਹਿ ਕੀਤਾ ਹੈ ਦੇਸ਼ਾਂ ਵਿਦੇਸ਼ਾਂ ਵਿੱਚ ਕੀਤਾ ਹੈ ਦਸਾਂ ਸਰੂਪਾਂ ਦੇ ਵਿੱਚ ਕੀਤਾ ਹੈ ਪ੍ਰਕਾਸ਼ਪੁਰਬ ਦੇ ਉਤੇ ਇਹ ਹਦਾਇਤ ਤੇ ਸਿੱਖਿਆ ਸਿੱਖਾਂ ਨੂੰ ਵੀ ਸਮਝਣੀ ਚਾਹੀਦੀ ਹੈ ਵੀ ਜਿਹੜਾ ਕੰਮ ਗੁਰੂ ਨੇ ਕੀਤਾ ਹੈ ਉਹ ਅਸੀਂ ਵੀ ਕਰੀਏ ਜਦੋਂ ਅੱਜ ਵੇਖਦੇ ਹਾਂ ਧਰਮ ਲੋਕਾਂ ਨੇ ਧੰਦਾ ਬਣਾ ਲਿਆ ਹੈ ਬਹੁਤੇ ਸੁਆਰਥੀ ਹਨ ਗੁਰਬਾਣੀ ਨੂੰ ਪੈਸੇ ਨਾਲ ਵੇਚਿਆ ਜਾ ਰਿਹਾ ਹੈ ਬੜਾ ਕੁਝ ਹੋ ਰਿਹਾ ਧਰਮ ਦੇ ਨਾਮ ਦੇ ਉਤੇ 95% ਗੁਰੂ ਘਰਾਂ ਦੀਆਂ ਕਮੇਟੀਆਂ ਗੁਰਦੁਆਰੇ ਨੂੰ ਧੰਦਾ ਬਣਾ ਚੁੱਕੀਆਂ ਹਨ ਮਾਇਆ ਦਾ ਇਕੱਤਰ ਕਰਨ ਦਾ ਇੱਕ ਸਾਧਨ ਬਣਾਇਆ ਹੋਇਆ ਹੈ ਸੰਤ ਕਰਤਾਰ ਸਿੰਘ ਜੀ ਕਹਿੰਦੇ ਸਨ ਇਹ ਮਤ ਕਿਹਾ ਕਰੋ ਕਿ ਸਿੱਖ ਕੌਮ ਢਹਿੰਦੀ ਕਲਾ ਵਿੱਚ ਚਲੀ ਗਈ ਹੈ ਸਿੱਖ ਕੌਮ ਦਾ ਕੀ ਬਣੇਗਾ ਸਿੱਖ ਕੌਮ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਹੈ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਹੋ ਸਕਦੀ ਹੈ ਜੇ ਇਹਦੇ ਨੁਮਾਇंदे ਜਿਹਦੇ ਜਥੇਦਾਰ ਜਿਹਦੇ ਪ੍ਰਚਾਰਕ ਧਰਮ ਦੀ ਗੱਲ ਦੱਸਣ ਵਾਲੇ ਜੇ ਚੜ੍ਹਦੀ ਕਲਾ ਵਿੱਚ ਹੋ ਜਾਣ ਢਿੱਲੇ ਜੀਵਣ ਵਾਲੇ ਨਾ ਹੋਣ ਤੇ ਪੰਥ ਸਦਾ ਹੀ ਚੜ੍ਹਦੀ ਕਲਾ ਦੇ ਵਿੱਚ ਹੈ ਗੁਰੂ ਨੇ ਆਖਿਆ ਹੈ ਪੰਥ ਪਰਚੁਰ ਕਰ ਬੇ ਕੋ ਸਾਜਾ ਤਨ ਹਨ ਉਹ ਪ੍ਰਚਾਰਕ ਉਹ ਗੁਰਮੁਖ ਜਿਹੜੇ ਪੰਥ ਦਾ ਪ੍ਰਚਾਰ ਕਰਦੇ ਹਨ ਇੱਕ ਇੱਕ ਸਿੱਖ ਦਾ ਫਰਜ਼ ਹੈ ਜਿਹੜਾ ਕੰਮ ਗੁਰੂ ਨੇ ਕੀਤਾ ਹੈ ਉਹ ਸਿੱਖ ਵੀ ਕਰੇ ਗੁਰੂ ਸਾਹਿਬ ਨੇ ਮੰਜੀਆਂ ਥਾਪੀਆਂ ਸਨ ਪ੍ਰਚਾਰਕ ਥਾਪੇ ਸਨ ਕਾਦੇ ਵਾਸਤੇ ਕਿ ਜਿਹੜਾ ਖਜ਼ਾਨਾ ਅਕਾਲ ਪੁਰਖ ਤੋਂ ਗੁਰੂ ਸਾਹਿਬ ਨੇ ਲਿਆ ਹੈ ਉਸ ਖਜ਼ਾਨੇ ਨੂੰ ਦੁਨੀਆਂ ਦੇ ਸਾਹਮਣੇ ਵੰਡਿਆ ਜਾ ਸਕੇ ਅਫਸੋਸ ਦੀ ਗੱਲ ਇਹ ਹੈ ਅੱਜ ਸਿੱਖ ਵੀ ਉਸ ਖਜ਼ਾਨੇ ਤੋਂ ਵਾਂਝਾ ਹੈ ਦੁਨੀਆਂ ਨੂੰ ਵੰਡਣ ਦੀ ਤਾਂ ਗੱਲ ਹੀ ਦੂਰ ਹੈ ਚਾਹੀਦਾ ਹੈ ਗੁਰਬਾਣੀ ਨੂੰ ਸਮਝ ਕੇ ਇਤਿਹਾਸ ਨੂੰ ਜਾਣ ਕੇ ਆਪ ਆਪਣੇ ਘਰਾਂ ਦੇ ਵਿੱਚ ਪ੍ਰਚਾਰਨਾ ਆਪਣੀਆਂ ਗਲੀਆਂ ਮਹੱਲੇ ਪਿੰਡਾਂ ਸ਼ਹਿਰਾਂ ਦੇ ਵਿੱਚ ਪ੍ਰਚਾਰਨਾ ਆਪਣੇ ਏਰੀਏ ਵਿੱਚ ਪ੍ਰਚਾਰ ਕਰਨਾ ਤੇ ਦੁਨੀਆ ਵਿੱਚ ਪ੍ਰਚਾਰ ਕਰਨਾ ਵੱਡੀ ਗੱਲ ਇਹ ਹੈ ਜਦੋਂ ਸਿੱਖ ਕਹਿਣੀ ਕਰਨੀ ਦਾ ਪੂਰਾ ਹੋਣ ਲੱਗ ਪਵੇਗਾ ਇਹ ਤੁਰਦਾ ਫਿਰਦਾ ਹੀ ਪ੍ਰਚਾਰਕ ਹੈ ਇਹਦੇ ਵੱਲ ਵੇਖ ਕੇ ਲੋਕ ਸਿੱਖ ਬਣ ਜਾਇਆ ਕਰਨਗੇ ਜਿਵੇਂ ਪਹਿਲਾਂ ਬਣ ਜਾਇਆ ਕਰਦੇ ਸਨ ਜਦੋਂ ਕਿਸੇ ਪੂਰੇ ਦੇ ਦਰਸ਼ਨ ਕਰਦਾ ਸੀ ਕੋਈ ਹੋਰ ਧਰਮ ਵਾਲਾ ਤੇ ਉਹਨੇ ਪੁੱਛਿਆ ਕਰਨਾ ਤੇਰੇ ਚਿਹਰੇ ਦੇ ਨੂਰ ਦਾ ਰਾਜ ਕੀ ਹੈ ਤੇਰਾ ਗੁਰੂ ਕੌਣ ਹੈ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਵੀ ਜੋਗੀਆਂ ਨੇ ਇਹ ਸਵਾਲ ਕੀਤਾ ਸੀ ਤੇਰਾ ਗਵਨ ਗੁਰੂ ਜਿਸ ਕਾ ਤੂੰ ਚੇਲਾ ਬੜੇ ਥੋੜੇ ਹਨ ਜਿਹੜੇ ਗੁਰੂ ਦੀ ਕਿਰਪਾ ਨਾਲ ਬਚੇ ਹੋਏ ਹਨ ਸਵਾਰਥ ਹੈ ਮਾਇਆ ਤੇ ਪਦਾਰਥ ਮੁਖ ਰੱਖੇ ਹੋਏ ਹਨ ਜਿਸ ਦਿਨ ਸਿੱਖ ਗੁਰੂ ਦੇ ਦਿੱਤੇ ਹੋਏ ਉਪਦੇਸ਼ ਸਿੱਖਿਆ ਦੇ ਉੱਤੇ ਚੰਗੀ ਤਰ੍ਹਾਂ ਤੁਰੇਗਾ ਉਹ ਦਿਨ ਕਿਸੇ ਨੂੰ ਇਹ ਨਹੀਂ ਗੱਲ ਕਹਿਣੀ ਪਵੇਗੀ ਭਾਈ ਤੁਸੀਂ ਅੰਮ੍ਰਿਤ ਛਕ ਲਓ ਸਿੱਖ ਵੱਲ ਵੇਖ ਕੇ ਇਹ ਸਿੱਖੀ ਫੈਲ ਜਾਇਆ ਕਰੇਗੀ ਜਿਵੇਂ ਪਹਿਲਾਂ ਫੈਲਦੀ ਸੀ ਗੁਰੂ ਦਾ ਗੁਰਪੁਰਬ ਮਨਾਉਣ ਵਾਲਿਆਂ ਨੂੰ ਬੇਨਤੀ ਹੈ ਆਪਣੇ ਅੰਦਰ ਵੀ ਇੱਕ ਝਾਤੀ ਮਾਰ ਲੈਣਾ ਅਸੀਂ ਗੁਰੂ ਨੂੰ ਕਿੰਨਾ ਕ ਮਨਾਇਆ ਹੈ ਗੁਰੂ ਸਾਡੇ ਉਤੇ ਕਿੰਨਾ ਕ ਪ੍ਰਸੰਨ ਹੈ ਵਧਾਈ ਦਿੱਤੀ ਹੈ ਵਧਾਇਆ ਦੇ ਰਹੇ ਹਾਂ ਆਪਣੇ ਅੰਦਰ ਗੁਰੂ ਦੇ ਪ੍ਰਤੀ ਪ੍ਰੀਤ ਕਿੰਨੀ ਵਧਾਈ ਹੈ ਆਪਣੇ ਨਿਤਨੇਮ ਦੀ ਰੁਟੀਨ ਕਿੰਨੀ ਵਧਾਈ ਹੈ ਫਿਰ ਇਹ ਵਧਾਈਆਂ ਦੇਣ ਦਾ ਲਾਭ ਹੈ ਜੇ ਸਾਡੇ ਅੰਦਰ ਈਰਖਾ ਵਧੀ ਹੈ ਤ੍ਰਿਸ਼ਨਾ ਵਧੀ ਹੈ ਮਾਇਆ ਦਾ ਪ੍ਰਭਾਵ ਦੀ ਖਿੱਚ ਵਧੀ ਹੈ ਤੇ ਫਿਰ ਇਹ ਵਧਾਈ ਨਹੀਂ ਇੱਕ ਨਮੋਸ਼ੀ ਹੈ ਜਿਹੜੀ ਅਸੀਂ ਕਈ ਸਾਲਾਂ ਤੋਂ ਗੁਰਪ੍ਰਬ ਮਨਾ ਰਹੇ ਹਾਂ ਪਰ ਗੁਰੂ ਨੂੰ ਨਹੀਂ ਮੰਨਾ ਸਕੇ ਗੁਰੂ ਦੇ ਗੁਰਪੁਰਬ ਦੇ ਉੱਤੇ ਪ੍ਰਣਾਮ ਕਰੀਏ ਕਿ ਮਹਾਰਾਜ ਅਰਦਾਸ ਕਰੀਏ ਸੱਚੇ ਬਾਦਸ਼ਾਹ ਆਪ ਜੀ ਕਿਰਪਾ ਕਰੋ ਜਿੱਦਾਂ ਦੇ ਤੁਸੀਂ ਸਿੱਖ ਗੁਰਬਾਣੀ ਵਿੱਚ ਲਿਖਿਆ ਹੈ ਕਿ ਸਿੱਖ ਇਹੋ ਜਿਹਾ ਹੁੰਦਾ ਹੈ ਮਹਾਰਾ ਸਾਡੇ ਉੱਤੇ ਕਿਰਪਾ ਕਰੋ ਅਸੀਂ ਇਹੋ ਜਿਹਾ ਸਿੱਖ ਬਣ ਸਕੀਏ ਆਪ ਜੀ ਦਾ ਗੁਰਪੁਰਬ ਮਨਾਇਆ ਫਿਰ ਹੀ ਸਫਲ ਹੈ ਬਨਾਏ ਹੋਏ ਦਿਹਾੜੇ ਫਿਰ ਹੀ ਸਫਲ ਹਨ ਕੁੱਲ ਦੁਨੀਆ ਨੂੰ ਪਤਾ ਲੱਗ ਜੇ ਵੀ ਇਹ ਫਲਾਣੇ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪੁਰਬ ਹੈ ਅੱਜ ਬਹੁਤੇ ਸਿੱਖਾਂ ਨੂੰ ਵੀ ਗੁਰਪੁਰਬ ਦਾ ਨਹੀਂ ਪਤਾ ਸਰਹੰਦ ਦੇ ਵਿੱਚ ਸ਼ੀਧੀ ਅਧਿਆਲੇ ਚੱਲ ਰਹੇ ਸਨ ਇੱਕ ਪੱਤਰਕਾਰ ਪੁੱਛਦਾ ਫਿਰਦਾ ਸੀ ਅੱਜ ਦਾ ਦਿਨ ਕਿਹੜਾ ਹੈ ਤੇ ਬਹੁਤਿਆਂ ਨੇ ਆਖਿਆ ਅੱਜ ਫਲਾਣੇ ਮੇਲੇ ਦੇਤੇ ਆਏ ਹਾਂ ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਸ਼ਹੀਦ ਹੋਏ ਸਨ ਕੋਈ ਕਹਿ ਰਿਹਾ ਸੀ ਗੁਰੂ ਤੇਗ ਬਹਾਦਰ ਦਾ ਸ਼ੀਧੀ ਪੁਰਬ ਹੈ ਕਿਸੇ ਦਾ ਕੋਈ ਉੱਤਰ ਸੀ ਕਿਸੇ ਦਾ ਕੋਈ ਜਵਾਬ ਸੀ ਇਹ ਸ਼ਰਮ ਵਾਲੀਆਂ ਗੱਲਾਂ ਹਨ ਉੱਚ ਪੱਦਰੀ ਦੇ ਉੱਤੇ ਲੱਖਾਂ ਰੁਪਏ ਫੂਕ ਦਿੱਤੇ ਜਾਂਦੇ ਹਨ ਗੁਰਪ੍ਰਭ ਦੇ ਨਾਮ ਦੇ ਉੱਤੇ ਪਰ ਚਾਹੀਦਾ ਹੈ ਉਹਨਾਂ ਸਿੱਖਾਂ ਨੂੰ ਅਸੀਂ ਇਹੀ ਸਮਝਾ ਸਕੀਏ ਕਿ ਅੱਜ ਦਾ ਦਿਨ ਕਿਹੜਾ ਹੈ ਗੁਰਪ੍ਰਭ ਵਾਲੇ ਦਿਨ ਗੁਰਪ੍ਰਭ ਤੋਂ ਜਾਣੂ ਕਰਾ ਸਕੀਏ ਸ਼ੀਦੀ ਦਿਹਾੜੇ ਦੇ ਉੱਤੇ ਸ਼ੀਦੀ ਦਿਹਾੜੇ ਦਾ ਲੋਕਾਂ ਨੂੰ ਪਤਾ ਲੱਗ ਸਕੇ ਕਿ ਸਿੱਖਾਂ ਨੂੰ ਨਹੀਂ ਪਤਾ ਜੇ ਕਿ ਅੱਜ ਦਾ ਦਿਨ ਕਿਹੜਾ ਹੈ ਅੱਜ ਦੇ ਦਿਨ ਕੀ ਹੋਇਆ ਹੈ ਗੁਰੂ ਸਾਹਿਬ ਦਾ ਪ੍ਰਕਾਸ਼ ਕਿਹੜੀ ਜਗ੍ਹਾ ਹੋਇਆ ਗੁਰੂ ਸਾਹਿਬ ਨੂੰ ਕਿਉਂ ਇਸ ਧਰਤੀ ਤੇ ਆਉਣਾ ਪਿਆ ਇਹ ਸਾਰੀ વાਰਤਾ ਪ੍ਰਚਾਰ ਕਰਨ ਦੀ ਲੋੜ ਹੈ